ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਰ ਸਾਰੇ ਕਿੱਦਾਂ? ਆਈ ਹੋਪ ਸੋ ਤੁਸੀਂ ਸਾਰੇ ਵਧੀਆ ਹੋਵੋਗੇ। ਆ ਤੁਹਾਡਾ ਸਾਡੇ ਯੂਟਿਊਬ ਦੇ ਨਿਊ ਬਲੌਗ 'ਚ ਸਵਾਗਤ ਹੈ। ਇਹ ਬਲੌਗ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਬਾਰੇ। ਜੇ ਤੁਹਾਨੂੰ ਸਾਡਾ ਇਹ ਬਲੌਗ ਚੰਗਾ ਲੱਗੇ ਤਾਂ ਲਾਈਕ, ਕਮੈਂਟ, ਸ਼ੇਅਰ, ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ ਸਾਰੇ? ਠੀਕ ਠਾਕ ਜੀ। ਆਪਾਂ ਅੱਜ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਜਾ ਰਹੇ ਹਾਂ ਜੀ, ਜੋ ਕਿ ਪਿੰਡ ਸਰਾਭਾ ਵਿੱਚ ਹੈ ਜੀ। ਇੱਥੋਂ ਉਹਨਾਂ ਦਾ ਘਰ ਸਟਾਰਟ ਹੋ ਜਾਂਦਾ ਜੀ। ਆਹ ਜੋ ਉਹਨਾਂ ਦਾ ਘਰ ਤੁਸੀਂ ਦੇਖ ਰਹੇ ਹੋ ਨਾ ਜੀ, ਇਹ ਉਸ ਟਾਈਮ ਦਾ ਹੀ ਬਣਿਆ ਹੋਇਆ ਹੈ। ਇਹਦੇ ਵਿੱਚ ਦੇਖੋ ਜੀ, ਪੂਰੀਆਂ ਇੱਟਾਂ ਪੁਰਾਣੀਆਂ ਨੇ ਅਤੇ ਪੂਰੇ ਡਿਜ਼ਾਇਨ ਜੋ ਅੱਜ ਕੱਲ੍ਹ ਮੇਰੇ ਹਿਸਾਬ ਨਾਲ ਨਹੀਂ ਪਾਉਂਦਾ ਕੋਈ, ਉੱਦਾਂ ਦੇ ਹੀ ਪੁਰਾਣੇ ਡਿਜ਼ਾਇਨ ਆ ਸਾਰੇ। ਅਤੇ ਦਰਵਾਜ਼ੇ ਵੀ ਉਹੀ ਹੈ ਜੀ, ਸਿਰਫ ਪੇਂਟ ਪੂੰਟ ਕਰਕੇ ਇਹਦੀ ਸਾਂਭ ਸੰਭਾਲ ਰੱਖੀ ਗਈ ਹੈ ਪੂਰੀ। ਬਾਕੀ ਤੁਸੀਂ ਦੇਖ ਸਕਦੇ ਹੋ ਜੀ, ਜਦੋਂ ਹੀ ਆਪਾਂ ਗੇਟ ਦੇ ਅੰਦਰ ਐਂਟਰ ਕਰਦੇ ਹਾਂ ਉਹਨਾਂ ਦੇ ਘਰ ਦੇ ਅੰਦਰ, ਤਾਂ ਘਰ ਦੇ ਨਾਲ ਹੀ ਤੁਸੀਂ ਦੇਖੋਗੇ ਜੀ ਇੱਕ ਨਲਕਾ ਉਸ ਟਾਈਮ ਦਾ ਲੱਗਿਆ ਹੋਇਆ ਜੀ। ਅਤੇ ਉਹ ਨਲਕੇ ਦੇ ਨਾਲ ਕੁਝ ਕੁ ਬਾਰੀਆਂ ਨੇ, ਖਿੜਕੀਆਂ ਬਣਾਈਆਂ ਹੋਈਆਂ ਕੰਧ ਦੇ ਵਿੱਚ, ਜਿਨ੍ਹਾਂ ਵਿੱਚ ਉਸ ਟਾਈਮ ਦੀਆਂ ਕੁਝ ਪੁਰਾਣੀਆਂ ਫੋਟੋਆਂ ਤੁਸੀਂ ਦੇਖ ਸਕਦੇ ਹੋ, ਸ਼ਹੀਦਾਂ ਦੀਆਂ ਆਪਣਿਆਂ ਦੀਆਂ। ਅਤੇ ਇਕੱਲੀ ਇਕੱਲੀ ਤੁਸੀਂ ਇਹ ਫੋਟੋ ਦੇਖ ਸਕਦੇ ਹੋ ਜੀ। ਬਾਕੀ ਡਿਜ਼ਾਇਨ ਦੇਖਿਓ ਜੀ, ਪੁਰਾਣੇ ਜ਼ਮਾਨੇ ਦਾ ਪੂਰਾ ਉਹੀ ਹੈ ਜੀ, ਕੋਈ ਇਹਦੇ ਵਿੱਚ ਚੇਂਜਮੈਂਟ ਨਹੀਂ। ਸਿਰਫ ਸਾਂਭ ਸੰਭਾਲ ਵਾਸਤੇ ਇਹਨੂੰ ਥੋੜ੍ਹਾ ਜਿਹਾ ਕਲਰ ਕੀਤਾ ਹੋਇਆ, ਜੋ ਕਿ ਰੱਖਣਾ ਬਹੁਤ ਜ਼ਰੂਰੀ ਹੈ ਜੀ। ਅਤੇ ਇੱਧਰ ਵੀ ਕੁਝ ਸ਼ਹੀਦਾਂ ਦੀਆਂ ਫੋਟੋਆਂ ਨੇ ਜੀ। ਅਤੇ ਹੁਣ ਆਪਾਂ ਕਰਤਾਰ ਸਿੰਘ ਸਰਾਭਾ ਦੇ ਰੂਮ ਦੇ ਵਿੱਚ ਜੀ, ਜਿੱਥੇ ਉਹਨਾਂ ਦੀ ਮੂਰਤੀ ਬਣਾ ਕੇ ਰੱਖੀ ਹੋਈ ਹੈ, ਬਹੁਤ ਜ਼ਿਆਦਾ ਸੋਹਣੀ ਹੈ ਜੀ। ਅਤੇ ਉਹਦੇ ਵਿੱਚ ਹੀ ਕੁਛ ਕੁ ਪੁਰਾਣੀਆਂ ਚੀਜ਼ਾਂ ਰੱਖੀਆਂ ਹੋਈਆਂ ਹਨ, ਅਤੇ ਉਹੀ ਪੁਰਾਣੇ ਸਮੇਂ ਦੀ ਇਲੈਕਟ੍ਰਿਕ ਵਾਇਰਿੰਗ ਜੀ। ਅਤੇ ਇੱਧਰ ਦੇਖੋ ਜੀ, ਆਹ ਰੇੜੂ ਆ, ਪਹਿਲਾਂ ਦੇ ਜ਼ਮਾਨੇ 'ਚ ਜਿਹੜਾ ਚੱਲਦਾ ਹੁੰਦਾ ਸੀਗਾ ਜੀ, ਉਵੇਂ ਹੀ ਪਿਆ ਵਾ ਹਜੇ ਵੀ। ਬਾਕੀ ਤੁਸੀਂ ਦੇਖੋ ਜੀ, ਬਾਕੀ ਸ਼ਹੀਦਾਂ ਦੀਆਂ ਫੋਟੋਆਂ ਪਈਆਂ ਨੇ ਸਾਰੀਆਂ। ਬਾਕੀ ਰੂਮ ਦੀ ਸਾਂਭ ਸੰਭਾਲ ਬਹੁਤ ਵਧੀਆ ਕੀਤੀ ਜਾ ਰਹੀ ਹੈ ਜੀ। ਇਦੋਂ ਅੱਗੇ ਆਪਾਂ ਦੂਸਰੇ ਰੂਮ ਵਿੱਚ ਜਦੋਂ ਐਂਟਰ ਕਰਦੇ ਹਾਂ ਜੀ, ਤਾਂ ਰੂਮ ਦੇ ਨਾਲ ਹੀ ਤੁਸੀਂ ਮਧਾਣੀ ਦੇਖੋਗੇ। ਇਹ ਮਧਾਣੀ ਗਾਰਡ ਤੋਂ ਪੁੱਛਿਆ ਸੀ, ਕਹਿੰਦਾ ਵੀ ਇਹ ਵੀ ਉਸ ਟਾਈਮ ਦੀ ਹੋਈ ਹੈ, ਜਾਣੀ ਕਿ ਰੱਖੀ ਬਸ ਸਾਂਭ ਸੰਭਾਲ ਕੀਤੀ ਹੋਈ ਹੈ ਇਹਦੀ। ਅਤੇ ਇਹ ਕੁਝ ਕੁ ਟਰੋਫੀਆਂ ਨੇ ਪਿੰਡ ਵਾਲਿਆਂ ਵੱਲੋਂ ਜੋ ਜਿੱਤ ਕੇ ਰੱਖੀਆਂ ਹੋਈਆਂ ਇੱਥੇ। ਅਤੇ ਚਰਖਾ ਪਿਆ ਜੀ, ਚਰਖੇ ਦੇ ਥੱਲੇ ਸੰਦੂਕ ਆ ਪੁਰਾਣੇ ਟਾਈਮ ਦਾ। ਬਾਕੀ ਸੀਲਿੰਗ ਆ ਜਿਹੜੀ, ਉਹ ਪਹਿਲਾਂ ਇੱਟ ਵਾਲਾ ਸੀ, ਉਹ ਟੁੱਟ ਗਈ, ਜਾਣੀ ਕਿ ਤੁਹਾਨੂੰ ਪਤਾ ਹੀ ਹੈ ਟਾਈਮ ਦੇ ਨਾਲ ਫਿਰ ਸਾਰੀਆਂ ਚੀਜ਼ਾਂ ਟੁੱਟ ਜਾਂਦੀਆਂ ਹੁੰਦੀਆਂ, ਤਾਂ ਉਸ ਲਈ ਉਹ ਰਿਪੇਅਰ ਕਰਕੇ ਦੂਜੀ ਬਣਾਈ ਹੋਈ ਆ। ਅਤੇ ਆਹ ਇੱਕ ਪਿਆ ਜੀ ਮੰਜਾ। ਅਤੇ ਇਸ ਤੋਂ ਬਾਅਦ ਜਦੋਂ ਤੁਸੀਂ ਹੁਣ ਦੇਖੋਗੇ ਪੂਰਾ ਰੂਮ, ਪੂਰੇ ਡਿਜ਼ਾਇਨ ਰੋਸ਼ਨਦਾਨ, ਘਰ ਪੂਰਾ ਹਵਾਦਾਰ ਹੈ ਦੇਖੋ ਜੀ। ਹੈ ਅਤੇ ਗੇਟ ਤੋਂ ਬਾਹਰ ਨਿਕਲਦੇ ਸਾਰ ਹੀ ਤੁਸੀਂ ਉਹ ਦੇਖੋਗੇ, ਉਹ ਲੱਕੜੀ ਦਾ ਜੋ ਪਿਆ ਨਾ ਜੀ, ਇਹ ਐਕਚੁਅਲੀ ਇਹ ਐਕਸਰਸਾਈਜ਼ ਕਰਨ ਵਾਲਾ ਵਾ, ਵੈਸੇ ਭਾਰਾ ਵਾਲਾ ਹੀ ਇਹ ਤਾਂ। ਅਤੇ ਦੂਜਾ ਜਿਹੜਾ ਆਹ ਰੂਮ 'ਚ ਆਪਾਂ ਹੁਣ ਐਂਟਰ ਹੋ ਰਹੇ ਹਾਂ ਨਾ ਜੀ, ਇਹ ਰੂਮ ਦੇ ਵਿੱਚ ਦੱਸਿਆ ਜਾਂਦਾ, ਕਹਿੰਦੇ ਵੀ ਕਰਤਾਰ ਸਿੰਘ ਸਰਾਭੇ ਦਾ ਜਨਮ ਇਹੀ ਰੂਮ ਦੇ ਵਿੱਚ ਹੋਇਆ ਸੀਗਾ ਜੀ। ਤੁਸੀਂ ਦੇਖ ਸਕਦੇ ਹੋ ਇਹ ਰੂਮ ਬਹੁਤ ਹੀ ਜ਼ਿਆਦਾ ਇਹ ਵੀ ਵਧੀਆ ਵਾ ਜੀ। ਅਤੇ ਇੱਥੇ ਵੀ ਕਰਤਾਰ ਸਿੰਘ ਸਰਾਭੇ ਦੀਆਂ ਕੁਝ ਕੁ ਫੋਟੋਆਂ ਪਈਆਂ। Thank you.
ਇੱਥੇ ਦੇਖੋ ਜੀ ਆਹ ਸਵਿੱਚ ਬੋਰਡ, ਇਹ ਆਈ ਥਿੰਕ ਅੱਜ ਕੱਲ੍ਹ ਨਹੀਂ ਕਿਸੇ ਦੇ ਘਰ ਹੋਣਾ ਜੀ, ਪੁਰਾਣੇ ਜ਼ਮਾਨੇ ਦੇ ਸਵਿੱਚ ਬੋਰਡ ਹੈ ਜੀ। ਅਤੇ ਰੂਮ ਪੂਰਾ ਸੇਮ ਉੱਦਾਂ ਦੇ, ਸਾਰੇ ਜਗ੍ਹਾ ਡਿਜ਼ਾਇਨ ਹੀ ਪਾਏ ਹੋਏ। ਰੂਮ ਤੋਂ ਬਾਹਰ ਨਿਕਲਦੇ ਸਾਰ ਬਰਾਂਡਾ ਜੀ, ਅਤੇ ਉੱਥੇ ਵੀ ਪੇਂਟਿੰਗਾਂ, ਅਤੇ ਇਹ ਦੇਖੋ ਜੀ ਸੋਕਟਾਂ ਪੁਰਾਣੇ ਜ਼ਮਾਨੇ ਦੀਆਂ ਸਵਿੱਚ ਬੋਰਡ, ਫਿਰ ਇਹ ਪੇਂਟਿੰਗਾਂ ਬਣਾਈਆਂ ਹੋਈਆਂ ਜੀ ਪਿੰਡ ਵਾਲੇ ਵੱਲੋਂ, ਜੋ ਵੀ ਜੀ ਵਧੀਆ ਬਣਾਉਂਦੇ ਪੇਂਟਿੰਗ ਰੱਖੀ ਜਾਂਦੇ ਇੱਥੇ ਬਣਾ ਬਣਾ ਕੇ, ਸੋਭਾ ਵਧਾਈ ਜਾਂਦੇ ਘਰ ਦੀ ਹੋਰ। ਅਤੇ ਇੱਧਰ ਨਿਗਾਹ ਮਾਰੂੰਗੀ ਇਹ ਸੰਦੂਕ, ਉਹਨਾਂ ਟਾਈਮ ਦਾ ਜੀ ਪੁਰਾਣਾ, ਅਤੇ ਇਹਦੇ ਉੱਤੇ ਪੱਖੀਆਂ ਪਈਆਂ, ਅਤੇ ਇਹ ਆਪਣੀ ਆਟੇ ਵਾਲੀ ਚੱਕੀ ਜਿਹਨੂੰ ਕਹਿ ਦਿੰਦੇ ਹੁੰਦੇ ਆ, ਅਤੇ ਇਹ ਕੁਝ ਕੁ ਕਿਤਾਬਾਂ ਪਈਆਂ ਜੀ। ਹੁਣ ਇਹਨਾਂ 'ਚੋਂ ਪੁਰਾਣੀਆਂ ਕਿਤਾਬਾਂ ਵੀ ਆਈ ਅਤੇ ਨਵੀਆਂ ਵੀ ਰੱਖੀਆਂ ਹੋਈਆਂ ਨੇ, ਸਾਂਭ ਸੰਭਾਲ ਜਾਣੀ ਕਿ ਪੂਰੀ ਆਈ। ਰੂਮ ਦੀ ਬਾਕੀ ਦੇ ਸਕਦੇ ਜੀ ਸ਼ਹੀਦਾਂ ਦੀਆਂ ਫੋਟੋਆਂ ਜ਼ਿਆਦਾਤਰ ਲੱਗੀਆਂ ਹੋਈਆਂ ਇੱਥੇ ਸਾਰੀਆਂ ਜੀ ਪੁਰਾਣੀਆਂ, ਅਤੇ ਬਾਕੀ ਬਹੁਤ ਵਧੀਆ ਸਾਂਭ ਸੰਭਾਲ ਹੈ ਇਹਦੀ ਰੱਖੀ ਹੋਈ ਘਰ ਦੀ ਸਰਕਾਰ ਵੱਲੋਂ, ਵਧੀਆ ਗੱਲ ਹੈ ਜੀ ਸਾਡੇ ਸਿੱਖ ਇਤਿਹਾਸ ਦੀਆਂ ਇੱਦਾਂ ਹੀ ਰੱਖੀਆਂ ਹੋਈਆਂ ਸੰਭਾਲਾਂ, ਜਿਨ੍ਹਾਂ ਨੂੰ ਦੇਖ ਕੇ ਮੋਟੀਵੇਸ਼ਨ ਹੁੰਦੇ ਆ। ਚਲੋ ਜੀ ਆਪਾਂ ਫਿਰ ਨੈਕਸਟ ਬਲੌਗ 'ਚ ਮਿਲਦੇ ਹਾਂ, ਹੁਣ ਤੁਹਾਨੂੰ ਅੱਜ ਦੇ ਲਈ ਇੰਨਾ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।